ਲੈਂਦੇ ਪੰਜਾਬ 'ਚੋਂ ਇੱਕ ਮੁਸਲਮਾਨ ਭਰਾ ਚੜ੍ਹਦੇ ਪੰਜਾਬ 'ਚ ਗਿਆ ਅਤੇ ਉੱਥੋਂ ਦੇ ਸਿੱਖਾਂ ਨੇ ਮੁਸਲਮਾਨ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਅੱਜ ਦੀ ਵੀਡੀਓ 'ਚ ਦੇਖਦੇ ਹਾਂ। ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਹੈ, ਤੁਸੀਂ ਵੀਡੀਓ ਐਂਡ ਤੱਕ ਦੇਖਣੀ ਹੈ, ਮੈਂ ਵੀ ਦੇਖਣਾ ਅਤੇ ਐਂਡ 'ਤੇ ਇਹਦਾ ਰਿਵਿਊ ਕਰਨੇ। ਬਾਕੀ ਤਾਮਨ ਬੜਾ ਕਰਦੇ ਨੇ, ਅਸੀਂ ਬੜੇ ਖੁਸ਼ ਹਾਂ ਸਰਦਾਰਾਂ ਦੇ, ਮੈਂ ਬੜਾ ਖੁਸ਼ ਹਾਂ, ਚੋਖਾ ਖੁਸ਼ ਹਾਂ। ਪਲੇਟਫਾਰਮ ਤੇ ਕਿਸੇ ਨੂੰ ਮਿਲੇ ਆ, ਸਿੱਖਾਂ ਨੇ ਸਾਡੇ ਨਾਲ ਬੜਾ ਤਾਮਨ ਕੀਤਾ, ਚੋਖਾ ਤਾਮਨ ਕੀਤਾ। ਹਾਲਾਂਕਿ ਨਾ ਉਹ ਸਾਡੇ ਜਾਣੂ ਨਾ ਕੋਈ ਵਾਕਫ, ਮਤਲਬ ਕਿ ਉਹਨਾਂ ਵੀ ਸਾਡੇ ਨਾਲ ਤਾਮਨ ਕੀਤਾ, ਪਾਕਿਸਤਾਨ ਨੂੰ ਆਏ ਨੇ। ਬਾਕੀ ਦਿਲ ਤਾਂ ਕਰਦਾ ਵੀ ਸਵੇਰੇ ਟੁੱਟ ਜਾਈਏ। ਇਹ ਅੱਲਾ ਪਾਕ ਮਿਹਰਬਾਨੀ ਕਰੇ ਇਹਨਾਂ ਦੋਵਾਂ ਘਰਾਂ ਨੂੰ, ਤਫੀਕ ਦੇਵੇ ਬਾਰਡਰ ਖੋਲ੍ਹਣ ਦੀ। ਜ਼ਿਲ੍ਹੇ ਮੁਜ਼ੱਫਰਨਗਰ ਗਏ ਆ ਤੇ ਜ਼ਿਲ੍ਹਾ ਸਹਾਰਨਪੁਰ ਗਏ ਆ, ਚਾਰ ਜ਼ਿਲ੍ਹੇ ਬੜਾ ਖੁਸ਼ ਆ ਕਰਨਾਟਕ ਸੂਬੇ ਦੇ ਵਿੱਚ, ਉਹਨਾਂ ਸਰਦਾਰਾਂ ਦੇ ਬਹੁਤ ਖੁਸ਼ ਆ। ਅਤੇ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ, ਆਪਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਹੈ, ਠੀਕ ਹੈ ਨਾ। ਜ਼ਿਲ੍ਹਾ ਅੰਬਾਲਾ ਕਿਸ ਸੂਬੇ ਦੇ ਵਿੱਚ ਹੈ ਤੁਸੀਂ ਕਮੈਂਟ 'ਚ ਜ਼ਰੂਰ ਦੱਸਣਾ, ਤਾਂ ਕਿ ਮੇਰੀ ਮਾਲੂਮਾਤ ਦੇ ਵਿੱਚ ਇਜ਼ਾਫਾ ਹੋਵੇ। ਸਮਝ ਆਈ? ਹਾਂਜੀ, ਸਾਥ ਪਿਆਰ ਕੀਤਾ ਬਿਲਕੁਲ। ਲਓ ਜੀ, ਹੁਣ ਵੀਡੀਓ ਸ਼ੁਰੂ ਹੋ ਗਈ, ਆਪਾਂ ਐਂਡ ਤੱਕ ਜ਼ਰੂਰ ਦੇਖਣੀ ਹੈ ਕਿ ਇਹ ਬਾਬਾ ਜੀ ਆਪਣੀ ਆਪ ਬੀਤੀ ਸੁਣਾ ਰਹੇ ਨੇ ਅਤੇ ਕੀ ਕਹਿੰਦੇ ਨੇ। ਸਤਿ ਸ਼੍ਰੀ ਅਕਾਲ, ਇਹ ਪ੍ਰੋਗਰਾਮ ਸਾਡਾ ਆਪਣਾ ਪੰਜਾਬ ਯੂਟਿਊਬ ਚੈਨਲ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸਾਡੇ ਕੋਲ ਬਜ਼ੁਰਗ ਵਿੱਚ ਨੇ ਰਾਣਾ ਨਿਸਾਰ ਅਹਿਮਦ, ਇਹਨਾਂ ਦੇ ਬਜ਼ੁਰਗ ਜਿਹੜੇ ਨੇ ਇੰਡੀਆ ਤੋਂ ਹਿਜਰਤ ਕਰਕੇ ਇੱਥੇ ਆਏ, ਇਹ ਬਾਅਦ ਵਿੱਚ ਇਹ ਵੀ ਗਏ ਅਤੇ ਸਾਰੀ ਗੱਲਬਾਤ ਆਪਣੀ ਆਈ ਦੱਸਣ। ਹਾਂਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਨਿਸਾਰ ਅਹਿਮਦ ਹੈ। ਤੇ ਵਾਲਦ ਸਾਹਿਬ ਦਾ ਦੀਨ ਮੁਹੰਮਦ। ਗਾਜ਼ੀਪੁਰ ਪਿੰਡ ਜਿਹੜਾ ਇਹ ਕਿਸ ਸੂਬੇ ਦੇ ਵਿੱਚ? ਸਮਝ ਆਈ? ਉਹਦੇ ਨੇੜੇ ਤਰੇੜੇ ਹੋਰ ਕਿਹੜੇ ਪਿੰਡ ਸਨ? ਹੋਰ ਬੜੇ ਪਿੰਡ ਸਨ ਜੀ, ਉੱਥੇ ਰਹਿ ਵਾਲੀ ਸੀ, ਬਾਕੀ ਸਿਓਲੀ ਸੀ, ਫਤਿਹਗੜ੍ਹ ਪਾਕਿਸਤਾਨ 'ਚ ਵੀ ਹੈ। ਚਾਰ ਪੰਜ ਪਿੰਡ ਮਤਲਬ ਕਿ ਮੈਂ ਜਾ ਕੇ ਵੇਖੇ ਨੇ, ਅਤੇ ਬਾਕੀ ਉੱਥੇ ਰਹੇ ਥੋੜ੍ਹਾ ਚਿਰ ਹੀ ਆ। ਬਹਰਹਾਲ ਉਹਨਾਂ ਲੋਕਾਂ ਸਾਡੇ ਨਾਲ ਤਾਮਨ ਬੜਾ ਕੀਤਾ, ਆਪਣੇ ਜਦੋਂ ਪਿੰਡ ਗਏ ਆ ਨਾ, ਬੜਾ ਤਾਮਨ ਕੀਤਾ ਉਹਨਾਂ ਵਿਚਾਰਿਆਂ, ਐਵੇਂ ਬੰਦਾ ਆਖੇ। ਬਹਰਹਾਲ ਅਸੀਂ ਫਿਰ ਉੱਥੋਂ ਚੋਰੀ ਸਰਦਾਰ ਫਤਿਹ ਸਿੰਘ ਕੋਲ ਆ ਗਏ ਹਾਂ। ਇਹ ਨੇ ਬੈਠੇ ਜ਼ਿਲ੍ਹੇ ਕਰਨਾਲੇ 'ਚ, ਅਤੇ ਆਪ ਤਾਂ ਉਹ ਵਫਾਤ ਪਾ ਗਏ ਨੇ, ਬਹਰਹਾਲ ਉਦੋਂ ਜਿਉਂਦਾ ਸੀ ਜਦੋਂ ਅਸੀਂ ਗਏ ਹਾਂ, ਅਤੇ ਬੜਾ ਉਹਨੇ ਮਤਲਬ ਕਿ ਤਾਮਨ ਕੀਤਾ ਸਾਡੇ ਨਾਲ, ਚੋਖਾ ਤਾਮਨ ਕੀਤਾ। ਅਤੇ ਆਖਣ ਲੱਗਾ ਮੇਰੇ ਤੁਸੀਂ ਪਿੰਡ 'ਚੋਂ ਆਏ ਹੋ, ਅਤੇ ਮੈਨੂੰ ਇਹੀ ਖੁਸ਼ੀ ਬੜੀ ਹੈ ਕਿ ਜਿੱਥੇ ਮੈਂ ਪੈਦਾ ਹੋਇਆ ਤੁਸੀਂ ਵੀ ਉੱਥੇ ਪੈਦਾ ਜਾ ਕੇ ਹੋਇਆ, ਮੇਰਾ ਤੁਸੀਂ ਬੜੀ ਖੁਸ਼ੀ ਹੈ ਸਾਨੂੰ, ਬੜੀ ਖੁਸ਼ੀ ਹੋਈ ਅਤੇ ਹੁਣ ਤੁਸੀਂ ਰਹੋ ਵੀ ਮੇਰੇ ਕੋਲ। ਸਹੀ ਹੋ ਗਿਆ। ਅਤੇ ਇਹ ਜਿਹੜੇ ਲੋਕ ਨੇ ਇਹ ਤੁਹਾਡੇ ਸੱਜਣ ਨੇ, ਸਾਨੂੰ ਪਤਾ ਤੁਹਾਡੀ ਕਦਰ ਦਾ ਜਾਂ ਤੁਹਾਨੂੰ ਪਤਾ ਸਾਡੀ ਕਦਰ ਦਾ, ਜਿਹਨਾਂ ਨਾਲ ਵਰਤੀਆਂ ਗਈਆਂ। ਅਤੇ ਬਾਕੀ ਇਹ ਉਸ ਚੋਰੀ ਸਰਦਾਰ ਨੇ ਸਾਨੂੰ 50,000 ਰੁਪਈਆ ਦਿੱਤਾ, ਅਸਾਂ ਕਿਹਾ ਸੈਰ ਕਰੋ ਇੰਡੀਆ ਦੀ, ਮੇਰੇ ਪਿੰਡ ਆਇਓ ਤੁਸੀਂ ਇੱਥੇ ਜ਼ਿਲ੍ਹੇ ਕਰਨਾਲ 'ਚ। ਬੜੀ ਗੱਲ ਯਾਰ, ਸਿੱਖ ਨੇ 50,000 ਰੁਪਈਆ ਦਿੱਤਾ ਕਿ ਤੁਸੀਂ ਇੱਥੇ ਟੁਰੋ ਫਿਰੋ ਜਿਵੇਂ ਮਰਜ਼ੀ, ਅਗਰ ਕੋਈ ਜ਼ਰੂਰਤ ਹੋਵੇ ਤਾਂ ਇਹਨੂੰ ਖਰਚ ਕਰ ਲਿਆ ਜਾਵੇ। ਇਹ ਬੜੀ ਗੱਲ, ਇਹ ਬੜੀ ਗੱਲ ਹੁੰਦੀ ਆ, ਕਿਉਂਕਿ ਇੱਕ ਬੰਦਾ ਪ੍ਰਦੇਸ਼ 'ਚ ਜਾਂਦਾ ਅਤੇ ਉੱਥੇ ਕਈਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ, ਅਤੇ ਉਹ ਠੀਕ ਆਖਿਆ। ਮੈਂ ਬੜੀ ਖੁਸ਼ੀ ਹੋਈ ਹੈ, ਜਿਹੜਾ 50,000 ਰੁਪਈਆ ਇਹਨੇ ਦਿੱਤਾ ਸਾਨੂੰ, ਇਹ ਬੜੀ ਖੁਸ਼ੀ ਵਾਲੀ ਗੱਲ ਹੈ, ਬੜਾ ਤਾਮਨ ਕੀਤਾ ਇਹਨੇ। ਬਹਰਹਾਲ ਅਸੀਂ ਇਹਦੇ ਕੰਮੀ ਨਹੀਂ, ਅਸੀਂ ਥੋੜ੍ਹੇ ਮਾਲਕਾਂ ਤੌਰ ਤੇ ਉਹਨੇ ਆਖਿਆ ਕਿ ਤੁਸੀਂ ਲੈ ਲਓ 50,000 ਰੁਪਈਆ, ਅਸੀਂ ਤੂੰ ਦੇ ਛੜੇ ਨਾ ਸਾਨੂੰ। ਸਾਡੇ ਨਾਨਕੇ ਨੇ ਚੱਲਾ ਦਾ ਸ਼ੁਕਰ ਹੈ, ਠੀਕ ਠਾਕ ਮਾਲਕ ਨੇ, ਸਾਨੂੰ ਖਰਚੇ ਦੀ ਲੋੜ ਹੋਵੇ ਅਸੀਂ ਉਹਨਾਂ ਕੋਲ ਲੈ ਸਕਦੇ ਹਾਂ, ਬਾਕੀ ਅਸੀਂ ਆਪਣਾ ਖਰਚਾ ਲੈ ਕੇ ਜਾਂਦੇ ਹਾਂ ਇੱਥੋਂ, ਐਸੀ ਗੱਲ ਕੋਈ ਨਹੀਂ। ਅਤੇ ਬਾਕੀ ਹੋਰ ਜੀ ਵੀ ਬੜੇ ਮਤਲਬ ਕਿ ਜਿੱਥੇ ਵੀ ਕੋਈ ਮਤਲਬ ਅੱਡੇ 'ਤੇ ਜਾਂ ਕਿਸੇ ਪਲੇਟਫਾਰਮ 'ਤੇ ਕਿਸੇ ਨੂੰ ਮਿਲੇ ਹਾਂ, ਸਿੱਖਾਂ ਨੇ ਸਾਡੇ ਨਾਲ ਬੜਾ ਤਾਮਨ ਸਲੂਟ ਹੋ ਗਿਆ, ਚੋਖਾ ਤਾਮਨ ਕੀਤਾ।
ਹਾਲਾਂਕਿ ਨਾ ਉਹ ਸਾਡੇ ਜਾਣੂ ਨਾ ਕੋਈ ਵਾਕਫ ਮਤਲਬ ਕਿ ਉਹਨਾਂ ਵੀ ਸਾਡੇ ਨਾਲ ਤਾਮਨ ਕੀਤਾ ਪਾਕਿਸਤਾਨੋਂ ਆਏ ਨੇ ਇੰਜ ਤਾਮਨ ਕੀਤਾ ਉਹਨਾਂ ਜਿਹਦਾ ਸਾਥ ਕੋਈ ਬਾਕੀ ਸਾਡਾ ਦਿਲ ਬੜਾ ਖੁਸ਼ ਹੋਇਆ ਉਹਨਾਂ 'ਤੇ ਚੋਖਾ ਖੁਸ਼ ਹੋਇਆ ਸਹੀ ਤੁਸੀਂ ਜਦੋਂ ਪਿਛਲੇ ਆਪਣੇ ਪਿੰਡ ਗਏ ਉਸ ਪਿੰਡ 'ਚ ਕੀ ਵੇਖਿਆ ਜਾਂ ਕਿਵੇਂ ਦੇ ਹਾਲਾਤ ਸਨ ਉਸ ਪਿੰਡ 'ਚ ਉਦੋਂ ਤਾਂ ਮਤਲਬ ਕਿ ਕੱਚੀਆਂ ਕੁਲੀਆਂ ਹਨ ਨਾ ਕੋਈ ਪਾਣੀ ਦਾ ਆਸਰਾ ਹੁਣ ਤਾਂ ਉੱਥੇ ਬਿਜਲੀਆਂ ਲੱਗੀਆਂ ਨੇ ਮੋਟਰਾਂ ਲੱਗੀਆਂ ਨੇ ਨਹਿਰਾਂ ਦੇ ਪਾਣੀ ਬਣ ਗਏ ਨੇ ਬਰਲ ਉਹਨਾਂ ਲੋਕਾਂ ਵੀ ਸਾਡੇ ਨਾਲ ਤਾਮਨ ਅੱਛਾ ਕੀਤਾ ਅਤੇ ਬਰਲ ਜਿਹੜੇ ਸਾਡੇ ਬਜ਼ੁਰਗ ਸਾਡੇ ਨਾਲ ਗਏ ਸਨ ਨਾ ਉਹਨਾਂ ਦਾ ਦਿਲ ਕਰਦਾ ਵੀ ਅਸੀਂ ਰਹੀਏ ਇੱਥੇ 5-7 ਦਿਨ ਕਿਉਂਕਿ ਉੱਥੋਂ ਦੇ ਜੰਮ ਕਿਉਂ ਕਿ ਉਹਨਾਂ ਦੇ ਉਹ ਜੰਮ ਪਲ ਨਾਲ ਸਨ ਉਹਨਾਂ ਦੇ ਨਾਲ ਦੇ ਜੰਮੇ ਸਨ ਉਹ ਵੀ ਤਾਮਨ ਕਰਦੇ ਹੋਣੇ ਇਹ ਵੀ ਉਹਨਾਂ ਨਾਲ ਤਾਮਨ ਕਰਦੇ अच्छा दोस्तों अजकल साढ़े इतने पाकिस्तान च पिंड ने मालम करोल ये सारे पिंड ना सिखां दे वेले दे ने क्या तुहाडे हिंदुस्तान च हजे भी इस तरह के पिंड है ने ये नाम दे पहले नंबर ते मालम फिर करोल ये मेरा ख्याल है साढ़े इधर पुराने पुराने पिंड है खाटा वाली हो गया जंडला हो गया गाजीपुर हो गया फूल नगर हो गया फिर उस बाद मालम फिर अल्लाह तुहाडा भला करे करोल ये सारे साढ़े हजे तक इत्थे सिखां दे पिंड ने ठीक है उत्थे बकायदा उन्हां दे लिखिया होया उन्हां दे जिहड़ी ओह हिंदी दे विच राइटिंग है ना मैं बंगले देख के आया नहरां दे उत्ते जिहड़े बने हुंदे ने जिहड़े पाकिस्तान दे विच नहरां दे उत्ते बंगले बने हुंदे ना उन्हां दे उत्ते हजे मैं सिखां दी ओह वेखियो हिंदी च लिखिया होया ठीक है बाकी वो पता नहीं उन्होंने की लिखा लेकिन सिखां दे वेले च लिखा होया बाहर जिहड़ा हुंदा ना बंगले दे बाहर जिवें आपां लिख दिंदे आ कोई भी बोर्ड लाने उत्थे अजे सिखां दे लगे हुए ने हजे भी पाकिस्तान दे विच है वे ते बाबा अपनी पुरानी आप बीती सुना रहा ते बाबा बड़ा खुश हो रहा ते वाकई गल इस तरह ही है कि चढ़दा पंजाब ते लहिंदा पंजाब ये एक दूसरे नाल बड़ी कशिश नाल प्यार नाल खूनी रिश्ते नाल मिलते हैं इंज मिलते हैं कि जिवें खूनी भरा होंदे ने सके भरा होंदे ने ते मैं अक्सर वेखना वीडियो दे विच भी देखना कि लोग चढ़ते पंजाब जान ते आन के दसदे ने कि यार बड़ी इज्जत की ते चढ़ते पंजाब दे जदों पाकिस्तान च आंदे ने इत्थे बाबा गुरु नानक दे गुरुद्वारे च आंदे ने ते इत्थे आन के भी कहंदे ने कि साढ़े नाल बड़ी इज्जत दे नाल मुसलमान पेश आए ये इस तरह का रिलेशन क्यों है दोस्तों तुसी कमेंट च जरूर दसना है मिलने आप एक नवी वीडियो च अपना ख्याल रखना है वीडियो लंबी हो रही है कल एक नवी वीडियो ना मिलने अल्लाह हाफिज़।